ਜਦੋਂ ਕੇਕ ਬਣਦਾ ਹੈ, ਪਹਿਲੀ ਗੱਲ ਤਾਂ ਸਾਨੂੰ 99% ਲੋਕਾਂ ਨੂੰ ਇਹੀ ਨਹੀਂ ਪਤਾ ਕੇਕ ਬਣਦਾ ਕਿਵੇਂ ਹੈ, ਉਹ 'ਚ ਕਿਹੜਾ ਕਿਹੜਾ ਕੈਮੀਕਲ ਯੂਜ਼ ਕੀਤਾ ਜਾਂਦਾ, ਕਿਹੜਾ ਸਾਡੀ ਬੋਡੀ ਵਾਸਤੇ ਚੰਗਾ ਅਤੇ ਕਿਹੜਾ ਸਾਡੀ ਬੋਡੀ ਵਾਸਤੇ ਮਾੜਾ ਹੈ, ਕਿੰਨੇ ਦਿਨ ਤੋਂ ਫਰੀਜ਼ ਕੀਤਾ ਹੋਇਆ। ਜਿਹੜੇ ਜੇ ਢਿੱਲੇ ਸਾਰੇ ਹੋਏ, ਫਿਰ ਕੇਕ ਵਿੱਚ ਪੋਇਜ਼ਨ ਬਣੀ, ਕੇਕ ਵਿੱਚ ਜ਼ਹਿਰ ਬਣੀ, ਹਾਂਜੀ, ਕਿਸ ਕੈਮੀਕਲ ਤੋਂ ਬਣੀ, ਕਿਹੜਾ ਉਹਦੇ ਵਿੱਚ ਸਮਾਨ ਵਰਤਿਆ ਗਿਆ ਉਹਦੇ ਵਾਸਤੇ, ਠੀਕ ਹੈ ਨਾ। ਬੇਟੀ ਛੋਟੀ ਸੀਗੀ, ਉਸ ਚੀਜ਼ ਨੂੰ ਨਹੀਂ ਚੱਲ ਪਾਈ। ਜਿਹੜਾ ਆਯੁਰਵੇਦ ਕਹਿੰਦਾ ਹੈ, ਆਟਾ ਖਾਈ ਮੋਟਾ ਖਾਈ, ਆਟੇ ਵਿੱਚ ਚੋਕਰ ਹੋਵੇ, ਆਟਾ ਮੋਟਾ ਖਾਈ, ਮੈਦਾ ਖਾਣਾ ਸ਼ੁਰੂ ਕਰਤਾ ਜਿਹੜਾ ਸਾਡੀਆਂ ਨਸਾਂ ਤੱਕ ਜਾ ਕੇ ਜੰਮਦਾ ਹੈ। ਇੱਥੇ ਜਦ ਬਾਜ਼ਾਰ ਜਾਣਗੇ, ਨਿਊਡਲ ਖਾਣਾ ਉਹ ਵੀ ਮੈਦੇ ਤੋਂ ਬਣਿਆ, ਮੈਂ ਜੀ ਇੱਥੇ ਮੋਮਸ ਖਾਣੇ ਆ ਉਹ ਵੀ ਮੈਦੇ ਤੋਂ ਬਣਿਆ, ਮੈਂ ਬਰਗਰ ਖਾਣਾ ਉਹ ਵੀ ਮੈਦੇ ਤੋਂ ਬਣਿਆ। ਕਿਹੜੀ ਚੀਜ਼ ਜਿਹੜਾ ਬਾਜ਼ਾਰ 'ਚ ਫਾਸਟ ਫੂਡ ਵਿਕਦਾ, ਕੇਕ ਦੀ ਗੱਲ ਨਹੀਂ, ਕੋਈ ਵੀ ਫਾਸਟ ਫੂਡ ਲਾਓ, ਇੱਕ ਮੈਦੇ ਤੋਂ ਪਰੋਸਿਆ ਜਾ ਰਿਹਾ। ਗੁਰਦੁਆਰਿਆਂ ਵਿੱਚ ਵੀ ਹੁਣ ਲੋਕ ਕੇਕ ਕੱਟਦੇ ਆ, ਮੰਦਰਾਂ 'ਚ ਵੀ ਕੇਕ ਕੱਟਾਉਂਦੇ ਆ, ਸਾਧੂ ਸੰਤਾਂ ਦੇ ਡੇਰਿਆਂ ਉੱਤੇ ਵੀ ਕੇਕ ਕੱਟਾਉਂਦੇ ਆ, ਬਰਥਡੇ ਮਨਾਇਆ ਜਾਣਾ। ਬੱਚਾ ਜੰਮਣ ਦੀ ਖੁਸ਼ੀ ਵਿੱਚ ਦੀਵੇ ਬਾਲੀਦੇ ਆ ਕਿ ਬੁਝਾਈਦੇ ਆ, ਬਾਲੀਦੇ ਆ ਨਾ, ਅਸੀਂ ਉੱਥੇ ਦੀਵੇ ਬੁਝਾਉਂਦੇ ਹੁੰਦੇ ਹਾਂ ਜਦੋਂ ਅਸੀਂ ਕੇਕ ਕੱਟਦੇ ਹਾਂ। ਪਹਿਲਾਂ ਹੀ ਪੁੱਠਾ ਕੰਮ ਕਰਿਆ ਨਾ, ਖੁਸ਼ੀ ਨੂੰ ਅਸੀਂ ਗਮੀ ਦੇ ਵਿੱਚ ਲੈ ਕੇ ਗਏ ਪਹਿਲੇ ਦਿਨ। ਤੇਰਾ ਪਕੌੜੇ ਖਾਣ ਨੂੰ ਜੀ ਕਰਦਾ, ਘਰ ਬਣਾ ਕੇ ਖਾ, ਤੇਰਾ ਕਚੌਰੀਆਂ ਖਾਣ ਨੂੰ ਜੀ ਕਰਦਾ, ਘਰ ਬਣਾ ਕੇ ਖਾ, ਹਾਂਜੀ, ਤੇਰਾ ਕੁਛ ਵੀ ਖਾਣ ਨੂੰ ਜੀ ਕਰਦਾ, ਘਰ 'ਚ ਚੰਗਾ ਤੇਲ ਵਰਤ, ਘਰ 'ਚ ਬਣਾ ਖਾ ਲਾ, ਤੇ ਉਹਨੂੰ ਕੁਛ ਨਹੀਂ ਕਹਿੰਦਾ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ, ਮੈਂ ਗਗਨ ਸ਼ੁਕਲਾ। ਕੱਲ੍ਹ ਤੋਂ ਹੀ ਇੱਕ ਵੀਡੀਓ ਨੇ ਸਭ ਦੇ ਮਨ 'ਚ ਜੋੜ ਕੇ ਰੱਖ ਦਿੱਤੇ ਨੇ। ਮਾਪਿਆਂ ਦੇ ਮਨ ਦੇ ਵਿੱਚ ਬਹੁਤ ਸਾਰੀਆਂ ਸ਼ੰਕਾਵਾਂ ਨੇ, ਕਿਉਂਕਿ ਇੱਕ ਜਨਮਦਿਨ ਮਨਾ ਰਹੀ ਲੜਕੀ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਜਾਂਦੀਆਂ ਨੇ। ਕੇਕ ਮੰਗਾਇਆ ਜਾਂਦਾ ਬਾਹਰੋਂ ਔਨਲਾਈਨ ਆਰਡਰ ਦੇ ਕੇ, ਤਾਂ ਉਸ ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਕੇਕ ਖਾਣ ਤੋਂ ਬਾਅਦ ਪਰਿਵਾਰ ਢਿੱਲਾ ਹੁੰਦਾ, ਪਰ ਇੱਕ ਲੜਕੀ ਜਿਹੜੀ ਆ ਉਹ ਇਸ ਸੰਸਾਰ ਨੂੰ ਅਲਵਿਦਾ ਆਖ ਜਾਂਦੀ ਹੈ। ਮੇਰੇ ਨਾਲ ਭਾਈ ਸਾਹਿਬ ਭਾਈ ਸੁਖਵੀਰ ਸਿੰਘ ਕੰਦੋਲਿਆਂ ਵਾਲੇ ਨੇ ਗੱਲਬਾਤ ਕਰ ਰਹੇ ਨੇ। ਭਾਈ ਸਾਹਿਬ ਖਾਲਸਾ ਫਤਿਹ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਮੈਡੀਕਲ ਫੀਲਡ ਨਾਲ ਵੀ ਜੁੜੇ ਹੋਏ ਹੋ ਤੁਸੀਂ, ਤਾਂ ਕੀ ਲੱਗਦਾ ਇਹੋ ਜਿਹਾ ਕੀ ਘਟ ਜਾਂਦਾ ਜਿਹਦੇ ਨਾਲ ਇਸ ਤਰ੍ਹਾਂ ਦਾ ਵਾਕਿਆ ਹੋ ਗਿਆ? ਇੱਕ ਕੇਕ ਆਨਲਾਈਨ ਆਰਡਰ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਇੱਕ ਬੱਚੀ ਦੀ ਮੌਤ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਜੀ, ਜਿੰਨੇ ਵੀ ਅਸੀਂ ਦੇਸ਼ ਵਾਸੀ ਆ, ਅਸੀਂ ਆਪਣੀ ਮਿੱਟੀ ਦੇ ਨਾਲ ਜੁੜੇ ਹੋਏ ਆ, ਸਾਨੂੰ ਪੱਛਮੀ ਸਭਿਅਤਾ ਤੋਂ ਪਿੱਛੇ ਮੁੜਨਾ ਪਊਗਾ, ਭਾਵੇਂ ਅੱਜ ਮੁੜ ਜਾਈਏ ਤੇ ਭਾਵੇਂ ਅਸੀਂ 10 ਸਾਲਾਂ ਨੂੰ ਮੁੜ ਜਾਈਏ। ਸਾਨੂੰ ਖਾਣ ਵਿੱਚ ਕੀ ਪਰੋਸਿਆ ਜਾ ਰਿਹਾ, ਹਾਂਜੀ, ਪਹਿਲੀ ਗੱਲ ਜਦੋਂ ਕੇਕ ਬਣਦਾ, ਪਹਿਲੀ ਗੱਲ ਤਾਂ ਸਾਨੂੰ 99% ਲੋਕਾਂ ਨੂੰ ਇਹੀ ਨਹੀਂ ਪਤਾ ਕੇਕ ਬਣਦਾ ਕਿਵੇਂ ਆ, ਉਹ 'ਚ ਕਿਹੜਾ ਕਿਹੜਾ ਕੈਮੀਕਲ ਯੂਜ਼ ਕੀਤਾ ਜਾਂਦਾ, ਕਿਹੜਾ ਸਾਡੀ ਬੋਡੀ ਵਾਸਤੇ ਚੰਗਾ ਤੇ ਕਿਹੜਾ ਸਾਡੀ ਬੋਡੀ ਵਾਸਤੇ ਮਾੜਾ ਹੈ, ਕਿੰਨੇ ਦਿਨ ਤੋਂ ਫਰੀਜ਼ ਕੀਤਾ ਹੋਇਆ, ਸਭ ਤੋਂ ਵੱਡੀ ਗੱਲ ਆ, ਕਿੰਨੇ ਦਿਨ ਤੋਂ ਉਹਨੂੰ ਫਰੀਜ਼ ਕਰਕੇ ਰੱਖਿਆ ਹੋਇਆ। ਇਹ ਚੀਜ਼ਾਂ ਤੋਂ ਅਸੀਂ ਜਦੋਂ ਤੱਕ ਬਚਦੇ ਨਹੀਂ, ਅਸੀਂ ਪੰਜਾਬੀ ਬੰਦਾ, ਆਪਾਂ ਹਿੰਦੁਸਤਾਨੀ ਬੰਦੇ ਦੀ ਗੱਲ ਕਰ ਲਓ, ਪਹਿਲੀ ਗੱਲ, ਸਭ ਤੋਂ ਵੱਡੀ ਗੱਲ, ਅਸੀਂ ਕੰਮ ਕਰਨਾ ਛੱਡਿਆ, ਪਹਿਲਾ ਪੁਆਇੰਟ ਆ, ਕੰਮ ਛੱਡਤਾ ਅਸੀਂ। ਸਾਨੂੰ ਇੱਕ ਪੈਂਟ ਚਾਹੀਦੀ ਆ ਤੇ ਦੂਜੀ ਸਾਨੂੰ ਕੁਰਸੀ ਚਾਹੀਦੀ ਆ। ਪੈਂਟ ਕੁਰਸੀ ਤੋਂ ਬਗੈਰ ਨਹੀਂ ਟਿਕਦੀ, ਕੁਰਸੀ ਪੈਂਟ ਤੋਂ ਬਗੈਰ ਚੰਗੀ ਨਹੀਂ ਲੱਗਦੀ। ਭਾਵ ਕੰਮ ਛੱਡਤਾ, ਪਸੀਨਾ ਸਾਨੂੰ ਆਉਂਦਾ ਹੈ ਨਹੀਂ, ਗਰਮੀ ਸਾਨੂੰ ਆਉਂਦੀ ਹੈ ਨਹੀਂ, ਤੇ ਦੂਜਾ ਅਸੀਂ ਮੈਦਾ ਖਾਣਾ ਸ਼ੁਰੂ ਕਰਤਾ। ਜਿਹੜਾ ਆਯੁਰਵੇਦ ਕਹਿੰਦਾ ਹੈ, ਆਟਾ ਖਾਈ ਮੋਟਾ ਖਾਈ, ਆਟੇ ਵਿੱਚ ਚੋਕਰ ਹੋਵੇ, ਆਟਾ ਮੋਟਾ ਖਾਈ, ਮੈਦਾ ਖਾਣਾ ਸ਼ੁਰੂ ਕਰਤਾ ਜਿਹੜਾ ਸਾਡੀਆਂ ਨਸਾਂ ਤੱਕ ਜਾ ਕੇ ਜੰਮਦਾ, ਹਾਂਜੀ। ਇੱਥੇ ਜਦ ਬਾਜ਼ਾਰ ਜਾਣਗੇ, ਨਿਊਡਲ ਖਾਣਾ
ਉਹ ਵੀ ਮੈਦੇ ਤੋਂ ਬਣੇ ਆ। ਮੈਂ ਜੀ ਇੱਥੇ ਮੋਮੋਜ਼ ਖਾਣੇ ਆ, ਉਹ ਵੀ ਮੈਦੇ ਤੋਂ ਬਣੇ ਆ। ਮੈਂ ਬਰਗਰ ਖਾਣਾ, ਉਹ ਵੀ ਮੈਦੇ ਤੋਂ ਬਣੇ ਆ। ਕਿਹੜੀ ਚੀਜ਼ ਜਿਹੜਾ ਬਾਜ਼ਾਰ ਚ ਫਾਸਟ ਫੂਡ ਵਿਕਦਾ, ਕੇਕ ਦੀ ਗੱਲ ਨਹੀਂ, ਕੋਈ ਵੀ ਫਾਸਟ ਫੂਡ ਲਾਓ, ਇੱਕ ਮੈਦੇ ਤੋਂ ਪਰੋਸਿਆ ਜਾ ਰਿਹਾ। ਜਿਹੜੇ ਖਾਣੇ ਦੇ ਵਿੱਚ ਤੱਤ ਕੋਈ ਨਹੀਂ, ਇਹ ਨਹੀਂ ਪਤਾ ਸਾਡੀ ਬਾਡੀ ਵਿੱਚ ਜਾ ਕੇ ਕਿਹੜੀ ਨਸ ਨੂੰ ਫੈਕਟ ਕਰ ਦੇਵੇ, ਉਹ ਕਿੱਥੇ ਜਾ ਕੇ ਸਾਡੀ ਬਾਡੀ ਨੂੰ, ਉਹ ਸਾਡੇ ਇੱਥੋਂ ਤੱਕ ਹਾਰਟ ਨੂੰ ਵੀ ਬਲਾਸਟ ਕਰਾ ਦੇਵੇ। ਕੋਈ ਪਤਾ ਨਹੀਂ ਕਿਹੜੇ ਕਿਹੜੇ ਕੈਮੀਕਲ ਪਾ ਕੇ ਪਰੋਸੇ ਜਾਂਦੇ ਆ। ਪਰ ਇਹਦੇ ਸੰਬੰਧ ਵਿੱਚ ਮੈਂ ਇੱਕੋ ਗੱਲ, ਹਰੇਕ ਬੰਦਾ ਕਿਸੇ ਨਾ ਕਿਸੇ ਧਰਮ ਨਾਲ ਜੁੜਿਆ ਹੋਇਆ। ਅਸੀਂ ਬਹੁਤ ਹੀ ਦੂਰ ਨਹੀਂ ਜਾਂਦੇ, ਅਸੀਂ ਸਿੱਖ ਧਰਮ ਨੂੰ ਇਨਵੋਲਵ ਕਰਦੇ ਹਾਂ। ਅਸੀਂ ਕਹਿੰਦੇ ਹਾਂ ਗੁਰਦੁਆਰਿਆਂ ਵਿੱਚ ਵੀ ਹੁਣ ਲੋਕ ਕੇਕ ਕੱਟਦੇ ਆ, ਮੰਦਰਾਂ ਚ ਵੀ ਕੇਕ ਕੱਟਾਉਂਦੇ ਆ, ਸਾਧੂ ਸੰਤਾਂ ਦੇ ਡੇਰਿਆਂ ਉੱਤੇ ਵੀ ਕੇਕ ਕੱਟਾਉਂਦੇ ਆ, ਬਰਥਡੇ ਮਨਾਇਆ ਜਾਣਾ। ਪਹਿਲੀ ਗੱਲ ਤਾਂ ਇੱਕ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ, ਜਦੋਂ ਸਾਡੇ ਘਰ ਚ ਕੋਈ ਬੱਚਾ ਜੰਮਦਾ ਹੈ, ਸ਼ੁਕਲਾ ਜੀ ਮੈਨੂੰ ਇੱਕ ਗੱਲ ਦੱਸਿਓ ਵੀ ਬੱਚਾ ਜੰਮਣ ਦੀ ਖੁਸ਼ੀ ਵਿੱਚ ਦੀਵੇ ਬਾਲੀ ਦਿਆਂ ਕਿ ਬਜਾਈ ਦੇ ਆ? ਬਾਲੀ ਦਿਆਂ ਨਾ, ਅਸੀਂ ਉੱਥੇ ਦੀਵੇ ਬੁਝਾਉਂਦੇ ਹੁੰਦੇ ਆ ਜਦੋਂ ਅਸੀਂ ਕੇਕ ਕੱਟਦੇ ਹਾਂ। ਪਹਿਲਾਂ ਹੀ ਪੁੱਠਾ ਕੰਮ ਕਰਿਆ ਨਾ, ਖੁਸ਼ੀ ਨੂੰ ਅਸੀਂ ਗਮੀ ਦੇ ਵਿੱਚ ਲੈ ਕੇ ਗਏ ਪਹਿਲੇ ਦਿਨ। ਪਰ ਦੂਜੀ ਗੱਲ, ਕੇਕ ਕੱਟਣਾ ਸਿੱਖ ਧਰਮ ਦੀ ਰਹਿਤ ਮਰਿਆਦਾ ਚ ਹੈ ਹੀ ਨਹੀਂ। ਜਦੋਂ ਬੱਚੇ ਦਾ ਜਨਮਦਿਨ, ਜਨਮ ਸੰਸਕਾਰ ਆ ਜੀ, ਇਹ ਸੰਸਕਾਰ ਮੰਨੇ ਗਏ ਆ। ਜਨਮ ਸੰਸਕਾਰ ਆ, ਮਰਨ ਸੰਸਕਾਰ ਆ, ਆਨੰਦ ਸੰਸਕਾਰ ਆ, ਸੰਸਕਾਰ ਆ ਸਾਰੀ ਇਹ। ਕਹਿੰਦੇ ਜਦੋਂ ਸਾਡੇ ਪੰਜਾਬੀ ਬੰਦੇ ਨੇ ਜਾਂ ਧਾਰਮਿਕ ਬੰਦੇ ਨੇ ਕਿਸੇ ਵੀ ਪਾਸੇ ਜੁੜਿਆ ਹੋਇਆ, ਅਸੀਂ ਆਪਣੇ ਤੇ ਗੱਲ ਕਰਦੇ ਹਾਂ, ਸਾਡੇ ਸਿੱਖਾਂ ਦੇ ਘਰ ਚ ਕੋਈ ਬੱਚੇ ਨੇ ਜਨਮ ਲਿੱਤਾ, ਜਿੱਦਣ ਉਹਦਾ ਜਨਮ ਦਿਨ ਆ, ਪਰਿਵਾਰ ਅੰਮ੍ਰਿਤ ਵੇਲੇ ਉੱਠੇ, ਕੇਸੀ ਇਸ਼ਨਾਨ ਕਰੇ, ਕੜਾਹ ਪ੍ਰਸ਼ਾਦੀ ਦੇ ਤਿਆਰ ਕਰੇ, ਸੱਚੇ ਪਾਤਸ਼ਾਹ ਅੱਗੇ ਉਹਦੀ ਲੰਬੀ ਉਮਰ ਵਾਸਤੇ ਅਰਦਾਸ ਕਰੇ, ਨਾ ਕਿ ਉਹਦੇ ਨਾਮ ਤੇ ਦੀਵੇ ਬਾਲ ਕੇ ਵਜਾਵੇ। ਲੰਬੀ ਉਮਰ ਵਾਸਤੇ ਅਰਦਾਸ, ਜਿਹਨੇ ਦਾਤ ਦਿੱਤੀ ਉਹਦੇ ਵਾਸਤੇ। ਦੇਗ ਛਕਣ ਵਾਲੇ ਬੰਦੇ ਦਾ ਕਦੇ ਬੀਪੀ ਨਹੀਂ ਵੱਧਦਾ, ਦੇਗ ਛਕਣ ਵਾਲੇ ਬੰਦੇ ਦਾ ਕਦੇ ਕੋਲੈਸਟ੍ਰੋਲ ਨਹੀਂ ਵੱਧਦਾ, ਦੇਗ ਛਕਣ ਵਾਲੇ ਬੰਦੇ ਨੂੰ ਕਦੇ ਅਟੈਕ ਨਹੀਂ ਹੁੰਦਾ। ਹਾਂਜੀ, ਦੇਗ ਵਿੱਚ ਕੁਦਰਤੀ ਜਿਸ ਚੀਜ਼ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਪ੍ਰਸ਼ਾਦ ਨੂੰ ਭੋਗ ਲੱਗ ਗਿਆ, ਉਹ ਚੀਜ਼ ਨਾਲ ਤੁਸੀਂ ਜਨਮ ਦਿਨ ਮਨਾਓ। ਜਿਹੜੀਆਂ ਇਹੋ ਜਿਹੀਆਂ ਗੱਲਾਂ ਅੱਜ ਅਸੀਂ ਤੁਰ ਪਏ ਪੱਛਮੀ ਸੱਭਿਅਤਾ ਦੇ ਵਿੱਚ, ਖਾਣਾ ਸਾਡਾ ਚੰਗਾ ਨਹੀਂ, ਪਾਉਣਾ ਸਾਡਾ ਚੰਗਾ ਨਹੀਂ। ਹਾਂਜੀ।